ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਯਾਤਰਾ ਹਜ਼ੂਰ ਸਾਹਿਬ ਦੀ ਦੌਰਾਨ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ, ਗੁਰਦੁਆਰਾ ਮਾਤਾ ਜੀਤੋ ਜੀ, ਮਾਤਾ ਜੀਤ ਕੌਰ ਜੀ ਸਾਹਿਬ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਮਹਿਲ ਸਨ ਅਤੇ ਆਪ ਜੀ ਦਾ ਜਨਮ ਸ਼੍ਰੀ ਹਰ ਜਸ ਜੀ, ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ, ਉਹਨਾਂ ਦੇ ਗ੍ਰਹਿ ਵਿਖੇ ਹੋਇਆ ਸੀ ਅਤੇ 1734 ਬਿਕਰਮੀ ਭਾਵ ਕਿ 23 ਹਾੜ 1677 ਈਸਵੀ ਦੇ ਵਿੱਚ ਗੁਰੂ ਕੇ ਲਾਹੌਰ ਅਨੰਦਪੁਰ ਵਿਖੇ ਆਪ ਜੀ ਦਾ ਵਿਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੁੰਦਾ ਹੈ ਅਤੇ 1757 ਸੰਮਤ ਭਾਵ ਕਿ 1700 ਈਸਵੀ ਦੇ ਵਿੱਚ ਆਪ ਪਰਮਾਤਮਾ ਦੀ ਗੋਦ ਦੇ ਵਿੱਚ ਜਾ ਬਿਰਾਜਦੇ ਹੋ। ਉਸ ਤੋਂ ਬਾਅਦ ਆਪ ਜੀ ਦਾ ਉੱਥੇ ਅੰਗੀਠਾ ਸਾਹਿਬ ਬਣਿਆ ਹੋਇਆ ਹੈ, ਜੋ ਕਿ ਪਿੰਡ ਅਗਾਮਪੁਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੈ, ਉੱਥੇ ਆਪ ਜੀ ਦਾ ਅੰਗੀਠਾ ਬਣਿਆ ਹੋਇਆ ਹੈ। ਹਜ਼ੂਰ ਸਾਹਿਬ ਆਪ ਜੀ ਦੀ ਕੋਈ ਯਾਦਗਾਰ ਨਹੀਂ ਸੀ ਤਾਂ ਸੰਤ ਬਾਬਾ ਚਰਨ ਸਿੰਘ ਜੀ ਨੇ ਮਨ ਬਣਾਇਆ ਕਿ ਮਾਤਾ ਜੀਤ ਕੌਰ ਜੀ ਦੇ ਨਾਂ 'ਤੇ ਵੀ ਇੱਕ ਯਾਦਗਾਰ ਬਣਾਈ ਜਾਵੇ। ਉਹਨਾਂ ਨੇ 10 ਕਿੱਲੇ ਜ਼ਮੀਨ ਦੇ ਖਰੀਦ ਕਰਕੇ ਮਾਤਾ ਜੀਤੋ ਜੀ ਨਾਮ ਦੇ ਉੱਤੇ ਇੱਥੇ ਲੰਗਰ ਭੰਡਾਰੇ ਚਲਾਏ, ਇੱਥੇ ਗੁਰਦੁਆਰਾ ਸਾਹਿਬ ਸੁੰਦਰ ਬਣਵਾਇਆ, ਜੋ ਹੁਣ ਵੀ ਬਣ ਰਿਹਾ। ਉਸ ਤੋਂ ਬਾਅਦ 11 ਜੁਲਾਈ 2001 ਦੇ ਵਿੱਚ ਸੰਤ ਬਾਬਾ ਚਰਨ ਸਿੰਘ ਜੀ ਜੋ ਹੈ ਉਹ ਪਰਮਾਤਮਾ ਦੇ ਵਿੱਚ ਚਰਨਾਂ ਵਿੱਚ ਚਲੇ ਜਾਂਦੇ ਨੇ, ਭਾਵ ਕਿ ਸੱਚਖੰਡ ਪਿਆਨਾ ਕਰ ਜਾਂਦੇ ਨੇ। ਉਹਨਾਂ ਤੋਂ ਬਾਅਦ ਸੰਤ ਬਾਬਾ ਸੁੱਖਾ ਸਿੰਘ ਜੀ ਜੋ ਨੇ ਸੰਪਰਦਾਇ ਕਾਰ ਸੇਵਾ ਸਰਾਲੀ ਵਾਲੇ, ਸੀਨਾ ਬਸੀਨਾ ਇਸ ਜਗ੍ਹਾ ਦੀ ਸੇਵਾ ਜੋ ਕਰਾ ਰਹੇ ਨੇ ਅਤੇ ਇੱਥੇ ਸੰਗਤਾਂ ਦੇ ਵਾਸਤੇ ਹਮੇਸ਼ਾ ਹੀ ਚਾਹ ਪਾਣੀ ਦਾ ਅਤੇ ਨਾਲ ਹੀ ਫੁੱਲਵੜੀਆਂ ਦਾ ਲੰਗਰ ਜਿਹੜਾ ਚੱਲਦਾ ਰਹਿੰਦਾ ਹੈ, ਜਦੋਂ ਵੀ ਆਓ ਜ਼ਰੂਰ ਦਰਸ਼ਨ ਕਰੋ ਅਤੇ ਸਾਡੇ ਨਾਲ ਜੁੜੇ ਰਹੋ। ਅਸੀਂ ਤੁਹਾਨੂੰ ਹਜ਼ੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਰਹਾਂਗੇ, ਨਾਲ ਹੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਵੀ ਸੁਣਾਉਂਦੇ ਰਹਾਂਗੇ। ਅਤੇ ਕਰੋ ਸਬਸਕ੍ਰਾਈਬ ਸੰਗਤ ਜੀ, ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।